भक्ति का जुनून है, देश सेवा का। हम कुछ कर नहीं पा रहे, सोच नहीं रही हमारे बारे में। ਕਿਉਂ ਸਰਕਾਰ ਸਾਨੂੰ ਕੰਮ ਕਰ ਦਿੰਦੀ ਇਹਨਾਂ ਬੱਚਿਆਂ ਨੂੰ? ਇਹਨਾਂ ਮਾਪਿਆਂ ਦੇ ਹੌਂਕੇ ਤੇ ਹੰਝੂ ਆਪਣੇ ਪੁੱਤਰਾਂ ਨੂੰ ਬਤੌਰ ਫੌਜੀ ਦੇਖਣ ਲਈ ਨੇ, ਪਰ ਫੌਜ ਦੀ ਭਰਤੀ ਵਿੱਚ ਦੇਰੀ ਹੋਣ ਕਾਰਨ ਸੁਪਨੇ ਅਧੂਰੇ ਰਹਿ ਗਏ ਨੇ। ਬੱਚੋ ਕੇ ਸੁਪਨੇ ਥੇ ਵੋ ਮੈਨੇ ਟੂਟਤੇ ਹੋਏ ਦੇਖੇ। ਮੈਂ ਭਰਤੀ ਹੋ ਗਈ, ਆਪਣੀ ਭੈਣ ਦਾ ਵੀ ਵਿਆਹ ਕਰਨਾ ਹੈ ਤੇ ਘਰ ਦੀ ਕੰਡੀਸ਼ਨ ਵੀ ਚੇਂਜ ਕਰਨੀ ਹੈ। ਭਰਤੀ ਨਹੀਂ ਨਿਕਲ ਰਹੀ ਸੀ, ਮੈਂ ਆਪਣਾ ਉਹ ਇਸੇ ਮਿੱਟੀ ਮੇਰੇ ਲ ਜਾਤਾ ਜਨੂਨ। ਪੰਜਾਬ ਹੋਵੇ ਜਾਂ ਫਿਰ ਹਰਿਆਣਾ, ਦੋਵੇਂ ਸੂਬਿਆਂ ਦੇ ਨੌਜਵਾਨ ਫੌਜ ਵਿੱਚ ਭਰਤੀ ਲਈ ਮਿਹਨਤ ਕਰ ਰਹੇ ਨੇ, ਪਰ ਭਰਤੀ ਨਾ ਹੋਣ ਕਾਰਨ ਨਿਰਾਸ਼ ਨੇ। ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦੇ ਸਾਹਿਬਦੀਨ ਅਤੇ ਗਗਨਦੀਪ ਵੀ ਭਾਰਤੀ ਫੌਜ ਵਿੱਚ ਭਰਤੀ ਲਈ ਜੀ ਤੋੜ ਮਿਹਨਤ ਕਰ ਰਹੇ ਨੇ। ਇਹ ਨੌਜਵਾਨ ਆਪਣੇ ਪਰਿਵਾਰਾਂ ਦੇ ਸੁਪਨੇ ਅਤੇ ਖਾਹਿਸ਼ਾਂ ਨੂੰ ਪੂਰਾ ਕਰਨਾ ਚਾਹੁੰਦੇ ਨੇ। ਮਿਹਨਤ ਬਹੁਤ ਕਰੀ ਆਪਣਾ ਫੌਜੀ ਬਣਨ ਦੇ, ਰਾਤਾਂ ਨੂੰ ਵੀ ਮਿਹਨਤ ਕਰਦੇ ਰਹੀ, ਸਵੇਰੇ ਉੱਠ ਕੇ ਜਾਂਦੇ ਰਹੇ ਜੀ, ਪਰ ਜਿਸ ਤਰ੍ਹਾਂ ਸਾਨੂੰ ਪਤਾ ਸੀਗਾ ਵੀ ਅਸੀਂ ਫੌਜੀ ਬਣ ਜਾਵਾਂਗੇ, ਪਰ ਉਹ ਗੱਲ ਨਹੀਂ ਬਣੀ ਜੀ। 14 ਮਹੀਨੇ ਹੋ ਗਿਆ, ਪੇਪਰ ਨਹੀਂ ਹੋਇਆ ਜੀ, ਅੱਗੇ ਤੋਂ ਅੱਗੇ ਅਸੀਂ ਡੇਟਸ ਦਿੰਦੇ ਰਹਿੰਦੇ ਨੇ ਜੀ। ਮੈਨੂੰ ਇਹ ਹੋ ਗਈ 2-2.5 ਸਾਲ ਤੋਂ ਹੋ ਗਏ ਹੁਣ ਆਰਮੀ ਤਿਆਰੀ ਲਾਉਂਦੇ ਜੀ, ਫਿਲਹਾਲ ਹੀ ਆਪਣੇ ਗਰਾਊਂਡ 'ਚ ਹੀ ਕਰ ਦਿੰਦੇ ਰਹੀ ਜੀ। ਅੱਗੇ ਅਸੀਂ ਆਪਣਾ ਮੰਡੀ ਸੀਜ਼ਨ ਲਾ ਕੇ ਖੜੇ ਜੀ, ਸਾਨੂੰ ਇਹ ਵੀ ਚੱਲ ਵੀ ਮੰਡੀ ਸੀਜ਼ਨ ਲਾਇਆ ਜਾਂਦੇ, ਆਪਣੇ ਘਰ ਪਰਿਵਾਰ ਥੋੜ੍ਹਾ ਦੇਖਣਾ ਪੈਂਦਾ ਚਾਰੇ ਪਾਸੇ ਜੀ, ਆਪਦੀ ਖੁਰਾਕ ਖਾਣੀ ਵੀ ਦੇਖਣੀ ਹੈ ਜੀ। 3 ਸਾਲ ਹੋ ਗਏ ਜੀ ਭਰਤੀ ਤਿਆਰੀ ਕਰਦੇ ਨੂੰ ਜੀ, ਅਤੇ ਜਿਹਦੇ ਵਿੱਚ ਜੀ ਮੈਂ ਕੰਮ ਜੋਬ ਵੀ ਕਰਦਾ ਹੈ ਨਾ ਜੀ ਆਪਦਾ, ਅਤੇ ਮੈਂ 2 ਵਾਰੀ ਭਰਤੀ ਦੇਖੀ ਸੀਗੀ ਜੀ, ਉਹਨਾਂ ਵਿੱਚ ਮਤਲਬ ਕਿ ਸਿਲੈਕਸ਼ਨ ਨਹੀਂ ਹੋਈ ਜੀ ਮੇਰੀ, ਅਤੇ ਹੁਣ ਜਿਹੜੀ ਅਗਲੀ ਪੋਸਟ ਭਰੀ ਸੀ ਜੀ ਉਹ ਆ ਨਹੀਂ ਰਹੀ ਭਰਤੀ ਜੀ, ਹਜੇ ਜੂਨ 'ਚ ਭਰੀ ਸੀ ਜੀ ਪਿਛਲੇ ਸਾਲ ਹੀ, ਅਗਸਤ 'ਚ ਆਉਣੀ ਸੀ ਇਹਦੇ ਡੇਟ ਦਿੱਤੀ, 7 ਅਗਸਤ ਡੇਟ ਦਿੱਤੀ ਸੀ ਜੀ, ਉਸ ਤੋਂ ਬਾਅਦ ਜੀ ਫਿਰ ਅੱਗੇ ਅੱਗੇ ਦੀ ਅੱਗੇ ਦੀ ਅੱਗੇ ਤਰੀਕ ਦੇ ਜਾਂਦੇ ਨੇ ਜੀ, ਆ ਰਹੀ ਨਹੀਂ ਭਰਤੀ ਜੀ ਹਜੇ। ਪਰਿਵਾਰ 'ਚ ਜੀ ਮੈਂ, ਮੇਰਾ ਬ੍ਰਦਰ ਜੀ, ਮੇਰੀ ਸਿਸਟਰ ਜੀ, ਮੰਮੀ ਡੈਡੀ ਜੀ, ਮੈਂ ਭਰਤੀ ਤਾਂ ਹੀ ਹੋਣਾ ਚਾਹੁੰਦਾ ਜੀ ਹੁਣ, ਮਤਲਬ ਕਿ ਮੈਂ ਭਰਤੀ ਹੋ ਗਈ, ਆਪਣੀ ਭੈਣ ਦਾ ਵੀ ਵਿਆਹ ਕਰਨਾ ਹੈ ਨਾ ਜੀ, ਅਤੇ ਘਰ ਦੀ ਕੰਡੀਸ਼ਨ ਵੀ ਚੇਂਜ ਕਰਨੀ ਹੈ ਜੀ, ਮੰਮੀ ਡੈਡੀ ਹੁਣ ਸੁੱਖ ਮਿਲ ਜੂਗਾ ਜੀ ਮੈਂ ਫੌਜੀ ਬਣ ਗਈ, ਬਾਕੀ ਚਲੋ ਜੀ ਹੈ ਨਾ ਆਪਣੀ ਹੋਈ ਭਰਤੀ ਤਾਂ ਕਿਹੜਾ ਕੱਢਣ ਜੀ, ਜਦੋਂ ਭਰਤੀ ਹੋਊਗੀ ਫਿਰ ਹੀ ਬੰਦਾ ਹੁਣ ਕੁਛ ਅੱਗੇ ਨਹੀਂ ਕਰੂਗਾ ਜੀ, ਨਹੀਂ ਤਾਂ ਬਸ ਉੱਥੇ ਖੜੇ ਹਾਂ ਜੀ, ਕੰਮ 'ਤੇ ਵਗ ਜਾਂਦੇ ਜਾ ਕੇ ਜਿਹੜਾ ਟਾਈਮ ਮਿਲਦਾ ਉਹ ਰਨਿੰਗ ਕਰਨ ਲੱਗ ਜਾਂਦੇ ਜੀ। ਇਹਨਾਂ ਪਰਿਵਾਰਾਂ ਦਾ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਚੱਲ ਰਿਹਾ ਅਤੇ ਪਰਿਵਾਰ ਸਰਕਾਰ ਤੋਂ ਉਮੀਦ ਲਗਾਈ ਬੈਠੇ ਨੇ। ਅਸੀਂ ਇਹ ਕਹਿੰਦੇ ਜੀ ਇਹਨੂੰ ਨੌਕਰੀ ਮਿਲਣੀ ਚਾਹੀਦੀ ਹੈ, ਬਹੁਤ ਪੜ੍ਹਾ ਕੇ ਇੰਨਾ ਚਿਰ ਇੱਥੇ ਤੱਕ ਲਿਆਤੇ, ਇਹ ਡੈਡੀ ਨੇ ਮਿਹਨਤ ਕਰਾਈ ਨਾਲ ਪੈਸਾ ਦਿੱਤਾ, ਕਿਉਂ ਨਹੀਂ ਸਰਕਾਰ ਸਾਨੂੰ ਕੰਮ ਕਰ ਦਿੰਦੀ ਇਹਨਾਂ ਬੱਚਿਆਂ ਨੂੰ? ਸਾਰਾ ਪੈਸਾ ਜਿਹੜਾ ਵੀ ਆਏ ਹੋ ਗਿਆ ਬੱਚਿਆਂ ਦਾ, ਲੱਗ ਚੁੱਕਿਆ ਵੀ ਹੁਣ ਇਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ। ਗਰੀਬ ਬੰਦੇ ਆ, ਦੂਰੀ ਕਰਕੇ ਇੱਥੋਂ ਤੱਕ ਲਿਆਂਦੇ ਨੇ ਬੱਚੇ, ਪੜ੍ਹਾਈ ਲਿਖਾਏ ਨੇ, ਹੁਣ ਬੱਚੇ ਨਾਲ ਤਾਂ ਭਰਤੀ ਦੇ ਚੱਕਰ 'ਚ ਨਾ ਉਹ ਮਿਹਨਤ ਕਰ ਰਹੇ ਆ, ਨਾਲੇ ਬੱਚੇ ਦਿਹਾੜੀ ਕਰ ਰਹੇ ਆ, ਕਿਉਂ ਖੁਰਾਕ ਵੀ ਖਾਣੀ ਆ ਬੱਚਿਆਂ ਨੇ, ਆਪਦੀ ਸਿਹਤ ਵੀ ਸਾਂਭਣੀ ਆ, ਵੀ ਜੇ ਕੋਈ ਸਾਨੂੰ ਰੁਜ਼ਗਾਰ ਮਿਲ ਜੇ। ਅਤੇ ਭਰਤੀਆਂ ਬੰਦ ਕਰੀਆਂ ਪਈਆਂ, 2 ਸਾਲ ਹੋ ਗਏ ਸਾਨੂੰ, ਬਹੁਤ ਮਿਹਨਤ ਕਰਦਾ ਬੱਚਾ, ਅਸੀਂ ਵੀ ਇਸ ਨੂੰ ਦੇਖ ਕੇ ਪਰੇਸ਼ਾਨ ਰਹਿੰਦੇ ਹਾਂ, ਇਸ ਤੋਂ ਬਾਅਦ ਦੁੱਖਾਂ ਤਕਲੀਫਾਂ ਕੱਟ ਲਈਆਂ, ਹੁਣ ਇਹਨਾਂ ਵੀ ਨਹੀਂ ਸੋਚ ਰਹੇ ਹਾਂ ਵੀ ਬੱਚੇ ਤਾਂ ਆਪਦੀ ਸੁੱਖ ਦੀ ਰੋਟੀ ਖਾਣ, ਆਪਦੀ ਮਿਹਨਤ ਕਰਦੇ ਆ ਬੱਚੇ। ਪੰਜਾਬ ਤੋਂ ਹੁਣ ਰੁੱਖ ਕਰਦੇ ਹਾਂ ਹਰਿਆਣਾ ਦਾ। ਰੋਹਤਕ ਦੇ ਜਤਿੰਦਰ ਦੀ ਖਾਹਿਸ਼ ਵੀ ਗਗਨਦੀਪ ਤੇ ਸਾਹਿਬਦੀਨ ਵਾਂਗ ਹੀ ਆਪਣੇ ਪਰਿਵਾਰ ਦੇ ਹਾਲਾਤ ਨੂੰ ਸੁਧਾਰਨ ਦੀ ਹੈ। ਮੈਂ 2016 ਸੇ ਆਪਣੀ ਪ੍ਰੈਕਟਿਸ ਕਰ ਰਹਾ ਹੂੰ, ਔਰ ਮੈਂ NCCC ਸਰਟੀਫਿਕੇਟ ਹੋਲਡਰ ਹੂੰ, ਔਰ ਮੇਰੇ 3-4 ਵਾਰ ਫਿਜ਼ੀਕਲ ਹੋ ਚੁੱਕੇ ਹੈ। ਮੇਰਾ ਪਾਪਾ ਟੇਲਰ ਹੈ, ਔਰ ਮੇਰੀ ਮੰਮੀ ਆਂਗਣਵਾੜੀ ਵਰਕਰ ਹੈ, ਔਰ 2 ਭੈਣ ਹੈ। ਯਹਾਂ ਪੇ ਭਰਤੀ ਤੋਂ ਆ ਨਹੀਂ ਰਹੇ ਬੱਚੇ, ਆਪਣੇ ਪ੍ਰੈਕਟਿਸ ਕਰਤੇ ਹੈ ਔਰ ਚਲੇ ਜਾਤੇ ਹੈ, ਅਬ ਕਬ ਤੱਕ ਹਮਾਰੇ ਬੱਚੇ ਹੈ, ਕਬ ਤੱਕ ਆਪਣੀ ਸਟਰੈਂਥ ਬੋਡੀ ਪਰ ਸਟਰੈਂਥ ਗਿਰਦੇ ਰਹੇਗੇ? ਜਿਨ ਬੱਚੋਂ ਕੇ
ओवर एज भी हो गई, हमारे जैसे हमारे भी हो गए हैं, जिन बच्चों में शुरू में रजिस्ट्रेशन करवाए थे उनकी वो एज निकलती जा रही है, प्रेशर पड़ता है और ये गलत कदम उठाने पर मजबूर हो जाते हैं। जुनून तो ये हमने बलिदान के लिए और हमने देश की सेवा के लिए। 2019 के बाद भर्ती जब लॉकडाउन लगा हमारा एक साल, वो बच्चे अच्छी तैयारी में थे लेकिन वो निकाली नहीं, वैकेंसी नहीं आई हमारी आर्मी की या फिर की कोई भी फिजिकल की नहीं आई, तो उसके लिए बच्चों का हौसला कम होने लग गया। बलिदान का क्रेज जो है हमारे खून में ही है, तो बच्चों को ये लगता है कि हाँ हम फौज में जाएंगे। जितेंद्र के पिता दर्जी ने अते मां आंगनवाड़ी वर्कर, मापे भी पुत्र नूं मेहनत करदा देख टुट चुके ने। भर्ती का जुनून है, देश सेवा का हम कुछ कर नहीं पा रहे, सोच नहीं रही हमारे बारे में। कई जगह भर्ती में भेजा गया, सबके फिट होता है, आखिरी लिस्ट में नाम नहीं आता, पता नहीं क्या बात है। खर्चा तो मैं अपना सिलाई का काम करता हूँ, उसमें सह सह खर्चा निकल जाता अपना, और आर्थिक तंगी बहुत है। मिसेज आंगनबाड़ी में लगी है, वो उनकी तनख्वाह नहीं दे रहे, 6-7 महीने से वो स्ट्राइक पर बैठी हैं, हम बहुत परेशान हो रहे हैं। और अभी इसी को ऊपर आस है कब परमात्मा सुनेंगे या गवर्नमेंट सुनेगी हमारी बातों को। इसका यो ही जुनून है, आर्मी में भर्ती हूँ, आर्मी में भर्ती हूँ, आर्मी की इतनी चवास है भाई, फोटो या कुछ भी देख ले जब इन कहगा माँ मैं नूंगा आर्मी में भर्ती जाऊंगा। फौज विच जाण दा सुपना ले रहे पंजाब ते हरियाणा दे इन्हां नौजवानां वल्लों प्रैक्टिस लई लगातार पसीना वहाया जा रहा है, पर 26 अप्रैल नूं होई भिवानी दी इक घटना ने कई नौजवानां नूं निराशा वल वी धक्किआ है। दरअसल 23 साल दे पवन ने खुदकुशी कर लई सी अते सुसाइड नोट विच कारण फौज विच नौकरी ना मिलना दस्सिआ सी। पवन दे पिता दसदे ने कि उन्हां दा पुत्तर 9 साल तों मेहनत कर रहा सी। 23-24 साल का था, 3 साल भर्ती नहीं आई, 9 साल से उन्हें मतलब अपनी मेहनत करा था, सपना उसका आर्मी में लगन का था, जी लागू तो आर्मी में लागू, मतलब ये अपनी सिविल नौकरी नहीं करना चाहता, देश की सेवा के लिए मतलब न्यू कहता मैं देश पापा मैं देश की सेवा करूँगा। आज नहीं, आज से 15 साल पहले बच्चा था तो जब मैं कह रहा था उसको भाई तू पढ़ ले तो नौकरी मिल जाएगी, पापा आप तो आर्मी में लागा, मैं भाई पढ़ ले होशियार होगा, डॉक्टर हो जाएगा, मास्टर हो जाएगा, तहसीलदार हो जाएगा, तू आर्मी के जरूरी है, नहीं पापा आर्मी लगूंगा। आज से 15 साल पहले का उसके विचार थे और आज हमारा बीच में नहीं रहा, और उसने इसी वजह से मतलब ट्रैक में मतलब आत्महत्या की है। दस दईए कि फौज विच भर्ती की मांग नू लेके दिल्ली दे जंतर मंतर विखे 5 अप्रैल नू सैकड़े नौजवानों ने रोस मुजहरे किए सन। मुजहराकारियों मुताबक भारतीय फौज विच 2 सालों तो भर्ती ही नहीं हुई। इस दे नाल ही इन्हां दी ये भी मंग है कि वह उम्र विच 2 साल की छोट चाहते हैं। इस मुद्दे उत्ते विरोधी धिरां वल्लों सरकार नूं संसद विच सवाल भी पुछे गए, जिस विचों एक सवाल के जवाब विच रक्षा मंत्री राजनाथ सिंह ने दस्या सी कि भर्ती प्रक्रिया कोरोना कारण रुकी हुई सी। राजनाथ सिंह ने 21 मार्च 2022 नूं दस्या सी कि साल 2020-21 दौरान 97 भर्तियां कीतियां जाणियां सन पर सिर्फ 47 ही हो सकियां अते 47 भर्ती रैलियां दे विचों सिर्फ 4 रैलियां लई ही सांझी प्रवेश प्रीख्या लई जा सकी सी। इस तों इलावा 2021-22 विच 87 रैलियां करन दी योजना बनाई गई सी, जिन्हां विचों सिर्फ 4 रैलियां ही हो सकियां अते इन्हां विचों किसी भी रैली लई सांझी दाखला प्रीख्या नहीं लई जा सकी।
ਇਸ ਤੋਂ ਪਿਛਲੇ 2 ਸਾਲਾਂ ਦੇ ਅੰਕੜੇ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ 2018-19 ਵਿੱਚ 53,431 ਅਤੇ 2019-20 ਦੇ ਦਰਮਿਆਨ 80,572 ਸਿਪਾਹੀ ਭਰਤੀ ਕੀਤੇ ਗਏ ਨੇ। ਇਸ ਤਰ੍ਹਾਂ 2018 ਤੋਂ 2022 ਤੱਕ ਪਿਛਲੇ 4 ਸਾਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਭਾਰਤੀ ਫੌਜ ਵਿੱਚ ਕੁੱਲ 1,34,003 ਭਰਤੀਆਂ ਕੀਤੀਆਂ ਗਈਆਂ ਨੇ। ਭਾਰਤੀ ਫੌਜ ਵਿੱਚ ਅਜੇ ਵੀ 97,000 ਤੋਂ ਵੱਧ ਅਸਾਮੀਆਂ ਖਾਲੀ ਨੇ, ਹਾਲਾਂਕਿ ਸਾਲ 2022-23 ਬਾਰੇ ਅਜੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।